ਜਿਹੜੀ ਪਾਰਟੀ ਚੰਗਾ ਕੰਮ ਕਰਦੀ ਪਈ ਹੈ ਇਹੀ ਸੁਨੇਹਾ ਦੇਣਾ, ਜਿਹੜੀ ਇਹ ਮਾੜਿਆ ਕਰਦੀ ਹੈ ਉਹਨਾਂ ਦੀ ਖਿਚਾਈ ਹੋਵੇ। ਮਹਿਲਾਵਾਂ ਨੇ ਵੋਟ ਪਾਈ, ਉਹ 21,000 ਦੇ ਹੁਣ ਕਿਤੇ 14,000 ਹੋ ਗਿਆ ਦਾ, ਤੇ ਉਹਨਾਂ ਨੂੰ ਪੁੱਛੋ ਵੋਟ ਪਾਉਂਗੀਆਂ, ਸਿਰ ਲਾਉਂਦੀਆਂ ਪੂਰੀ ਤਰ੍ਹਾਂ ਕਿ ਝਾੜੂ ਫਿਰਨਾ ਝਾੜੂ ਵਾਲਿਆਂ ਤੇ। ਕਾਂਗਰਸ ਹੈਗਾ, ਕਾਂਗਰਸ ਅੱਜ ਲਗਭਗ ਜਲੰਧਰ 'ਚੋਂ ਖਾਲੀ ਹੋ ਗਈ ਹੈ, ਉਹਨਾਂ ਦੇ ਉਹ ਕਾਂਗਰਸ ਛੱਡ ਕੇ ਲੋਕ ਜਾ ਚੁੱਕੇ ਨੇ। ਜਦੋਂ ਕੋਵਿਡ ਹੋਇਆ, ਲੋਕਡਾਊਨ ਹੋਇਆ, ਮੁਫਤ ਟੀਕੇ ਦਿੱਤੇ, ਜਾਨਾਂ ਬਚਾਈਆਂ, ਠੀਕ ਹੈ ਨਾ। ਇਹ ਇੱਦਾਂ ਦਾ ਕੰਮ ਅਮਰੀਕਾ 'ਚ ਨਹੀਂ ਹੋਇਆ ਜਿਹੜਾ ਮੋਦੀ ਸਾਹਿਬ ਨੇ ਕੀਤਾ। ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ। ਜਲੰਧਰ ਜਿੱਤਣ ਦੇ ਲਈ ਸਾਰੀਆਂ ਪਾਰਟੀਆਂ ਦਾ ਪੂਰਾ ਜ਼ੋਰ ਲੱਗਾ ਔਰ ਭਾਜਪਾ ਦੇ ਵੱਲੋਂ ਖਾਸ ਤੌਰ ਤੇ ਜ਼ੋਰ ਲਾਇਆ ਜਾ ਰਿਹਾ ਕਿਉਂਕਿ 2024 ਦੇ ਵਿੱਚ ਲੋਕ ਸਭਾ ਚੋਣਾਂ ਵੀ ਨੇ ਔਰ ਦੇਸ਼ ਦੇ ਵਿੱਚ ਦੁਬਾਰਾ ਇੱਕ ਵਾਰ ਫਿਰ ਤੋਂ ਸਰਕਾਰ ਬਣਾਉਣ ਦਾ ਦਾਅਵਾ ਵੀ ਹੈ। ਮੇਰੇ ਨਾਲ ਮਨੋਰੰਜਨ ਕਾਲੀਆ ਜੀ ਹੈ। ਸਰ, ਸਭ ਤੋਂ ਪਹਿਲਾਂ ਜਲੰਧਰ ਦੀ ਚੋਣ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਇਸ ਚੋਣ ਤੇ ਬਹੁਤ ਜ਼ਿਆਦਾ ਜ਼ੋਰ ਲੱਗਾ ਸਾਰੀਆਂ ਪਾਰਟੀਆਂ? ਦੇਖੋ, ਜਿਹੜਾ ਜ਼ਿਮਨੀ ਚੋਣ ਹੁੰਦਾ, ਬਾਈ ਇਲੈਕਸ਼ਨ ਹੁੰਦਾ, ਸਾਰੀਆਂ ਪਾਰਟੀਆਂ ਜ਼ੋਰ ਲਗਾਉਂਦੀਆਂ। ਸਵਾਲ ਇਹ ਹੈ ਕਿ ਵੀ ਕਿਉਂਕਿ ਇਹਦੇ ਨਾਲ ਕੋਈ ਸਰਕਾਰ ਬਣਨੀ ਵਿਗੜਨੀ ਨਹੀਂ ਆ, ਲੇਕਿਨ ਇੱਕ ਮੈਸੇਜ ਦਿੰਦੇ ਆ। ਮੈਸੇਜ ਹੁੰਦਾ ਕਿ ਵੀ ਜਿਹੜੀਆਂ ਸਰਕਾਰਾਂ, ਜਿਹਨਾਂ ਪਾਰਟੀ ਦੀਆਂ ਸਰਕਾਰਾਂ, ਉਹ ਕੀ ਕੰਮ ਕਰਦੀਆਂ। ਹੁਣ ਆਮ ਆਦਮੀ ਪਾਰਟੀ 2022 ਦੇ ਵਿੱਚ ਪੰਜਾਬ ਚੁਣ ਕੇ ਆਈ, 92 ਸੀਟਾਂ ਜਿਤਾਈਆਂ, ਠੀਕ ਹੈ ਜੀ। ਕੇਂਦਰ 'ਚ 9 ਸਾਲ ਤੋਂ ਭਾਰਤੀ ਜਨਤਾ ਪਾਰਟੀ ਹੈ। ਹੁਣ ਕਿਹੜੀ ਪਾਰਟੀ ਚੰਗਾ ਕੰਮ ਕਰਦੀ ਪਈ ਹੈ ਇਹੀ ਸੁਨੇਹਾ ਦੇਣਾ, ਅਤੇ ਜਿਹੜੀ ਮਾੜਿਆ ਕਰਦੀ ਹੈ ਉਹਨਾਂ ਦੀ ਖਿਚਾਈ ਹੋਵੇ। ਜਿਸ ਤਰ੍ਹਾਂ ਸੰਗਰੂਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 3 ਮਹੀਨਿਆਂ 'ਚ ਸਬਕ ਦੱਸਤਾ, ਕਿਉਂਕਿ ਜਦੋਂ ਵੀ ਕੋਈ ਨਵੀਂ ਪਾਰਟੀ ਸਰਕਾਰ 'ਚ ਆਉਂਦੀ, ਪਾਰਟੀ ਆਉਂਦੀ ਸਰਕਾਰ 'ਚ, ਨਵੀਂ ਸਰਕਾਰ ਬਣਦੀ ਹੈ, ਤਾਂ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਾਨੂੰਨ ਵਿਵਸਥਾ ਬਣਾਏ ਰੱਖਣ ਜਾਂ ਬਿਹਤਰ ਕਰਨ। ਤਾਂ ਤੁਸੀਂ ਦੇਖੋ, 1 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਧ ਤੋਂ ਬਦਤਰ ਹੋਈ ਹੈ। ਦੂਸਰਾ ਹੁੰਦਾ ਕਿ ਤੁਹਾਡਾ ਜਿਹੜਾ ਮੈਨੀਫੈਸਟੋ ਆ ਕਿੰਨਾ ਕੁ ਇੰਪਲੀਮੈਂਟ ਹੋਇਆ, ਕਿੰਨਾ ਕੁ ਪੂਰਾ ਹੋਇਆ, ਉਹਦੇ ਉੱਤੇ ਅੱਜ ਸਵਾਲੀਆ ਨਿਸ਼ਾਨ ਹੈਗੇ ਆਮ ਆਦਮੀ ਪਾਰਟੀ ਦੇ। ਲੋਕਾਂ ਨੂੰ ਜਿਹੜੀ ਵਿਸ਼ਵਾਸ ਸੀ, ਜਿਹਨਾਂ ਵਿਸ਼ਵਾਸ ਦੇ ਨਾਲ 92 ਸੀਟਾਂ ਜਿੱਤੀਆਂ, ਉਹ ਵਿਸ਼ਵਾਸ ਨਹੀਂ ਤਾਂ ਖਤਮ ਹੋਈ ਹੈਗੀ। ਹੁਣ ਜਿੱਥੇ ਤੱਕ ਕਾਂਗਰਸ ਹੈਗਾ, ਕਾਂਗਰਸ ਅੱਜ ਲਗਭਗ ਜਲੰਧਰ 'ਚੋਂ ਖਾਲੀ ਹੋ ਗਈ ਹੈ, ਉਹਨਾਂ ਦੇ ਉਹ ਕਾਂਗਰਸ ਛੱਡ ਕੇ ਲੋਕ ਜਾ ਚੁੱਕੇ ਦੇ, ਠੀਕ ਹੈ। ਕੱਲ੍ਹ ਵੀ ਇੱਕ ਕਾਂਗਰਸ ਦੇ ਉਪਾਧਿਅਕਸ਼ ਸਤੀਸ਼ ਮਲਹੋਤਰਾ ਜੀ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋਏ ਹੈਗੇ। ਸੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੱਖ ਵੱਖ ਪਾਰਟੀਆਂ ਲੋਕ ਸ਼ਾਮਿਲ ਹੋ ਰਹੇ ਹੈ, ਲੋਕਾਂ ਨੂੰ ਇੱਕ ਆਸ, ਇੱਕ ਉਮੀਦ ਬੰਧੀ ਹੋਈ ਹੈ। ਜਿੱਦ ਤੱਕ ਹੁਣ ਅਕਾਲੀ ਦਲ ਦਾ ਤਲੁਕ ਹੈਗਾ, ਹੁਣ ਸਵਰਗੀ ਬਾਦਲ ਸਾਹਿਬ ਦੇ ਜਾਣ ਨਾਲ ਜਿਹੜਾ ਹੈਗਾ, ਜਿਹੜੀ ਹੋਰ ਉਹਦੀ ਕ੍ਰੈਡੀਬਿਲਟੀ ਉਹ ਆਲਮੋਸਟ 0 ਹੋ ਗਈ ਦੀ ਹੈ। ਸੋ ਉਸ ਨਾਤੇ ਸਿਰਫ ਇੱਕ ਭਾਰਤੀ ਜਨਤਾ ਪਾਰਟੀ ਹੈਗੀ ਹੈ ਜਿਹਦੇ 'ਤੇ ਆਸ ਉਮੀਦ ਹੈ। ਔਰ ਇੱਥੇ ਲੋਕਾਂ ਦਾ ਜਿਹੜਾ ਭਰਵਾਂ ਹੁੰਗਾਰਾ, ਮੈਂ ਦੇਖ ਰਿਹਾ ਕਿ ਵੀ ਇੰਦਰ ਇਕਬਾਲ ਅਟਵਾਲ ਜੀ ਭਾਰੀ ਮੁਮੰਦਲ ਜਲੰਧਰ ਦੇ ਵਿੱਚ ਜਿਹੜੀ ਹੈਗੀ ਹੈ ਲੋਕ ਸਭਾ ਚੋਣਾਂ ਜਿੱਤਣ। ਸਰ, ਭਾਜਪਾ ਨੂੰ ਬਹੁਤ ਜ਼ਿਆਦਾ ਸਟਰਗਲ, ਜਦੋਂ ਅਕਾਲੀ ਦਲ ਦੇ ਨਾਲੋਂ ਗੱਠਜੋੜ ਟੁੱਟ ਜਾਂਦਾ ਤਾਂ ਤੁਹਾਨੂੰ ਐਕਸਟਰਾ ਆਰਡੀਨਰੀ ਜਿਹੜੀ ਹੈ ਤੁਹਾਨੂੰ ਸਟਰਗਲ ਕਰਨੀ ਪਈ, ਕਿਉਂਕਿ ਪਹਿਲਾਂ ਅਕਾਲੀ ਦਲ ਅੱਗੇ ਹੋ ਕੇ ਲੜਦਾ ਸੀ, ਤੁਹਾਨੂੰ ਬਹੁਤ ਸਾਰੀਆਂ ਸੀਟਾਂ ਘੱਟ ਮਿਲਦੀਆਂ ਸੀ, ਔਰ ਜਲੰਧਰ ਦੇ ਵਿੱਚ ਤਾਂ ਭਾਜਪਾ ਨੂੰ ਹੋਰ ਵੀ ਜ਼ਿਆਦਾ ਜ਼ੋਰ ਲਾਉਣ ਦੀ ਲੋੜ ਹੈ। ਔਰ ਤੁਸੀਂ ਬੇਸ਼ੱਕ ਹਰ ਇੱਕ ਪਾਰਟੀ ਦਾਅਵਾ ਕਰਦੀ ਹੈ ਕਿ ਜਿੱਤ ਸਾਡੀ ਹੋ ਜਾਣੀ ਹੈ, ਲੋਕਾਂ ਦਾ ਭਰਮਾ ਹੁੰਗਾਰਾ, ਪਰ ਇਹ ਸਭ ਦੇ ਵਿਚਾਲੇ ਤੁਹਾਨੂੰ ਲੱਗਦਾ ਕਿ ਇੱਕ ਭਾਜਪਾ ਨੂੰ ਬਹੁਤ ਵੱਡੀ ਹੋਰ ਮਿਹਨਤ ਦੀ ਲੋੜ ਹੈ, ਬਹੁਤ ਜ਼ਿਆਦਾ ਮਿਹਨਤ ਦੀ ਲੋੜ ਹੈ? ਦੇਖੋ, ਦੋ ਚੀਜ਼ਾਂ ਨੇ, ਇੱਕ ਤਾਂ ਕਾਂਗਰਸ ਨੇ 4 ਸੀਟਾਂ ਜਿੱਤੀਆਂ ਇੱਥੋਂ 2022 ਦੇ ਵਿੱਚ ਵੀ, ਔਰ ਉਸ ਹਨੇਰੀ ਦੇ ਵਿੱਚ ਜਿੱਤੀਆਂ ਜਦੋਂ ਆਮ ਆਦਮੀ ਪਾਰਟੀ ਜਿੱਤ ਰਹੀ ਸੀ, ਔਰ ਆਮ ਆਦਮੀ ਪਾਰਟੀ ਦੇ 5 ਵਿਧਾਇਕ ਨੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ, ਤਾਂ ਤੁਹਾਨੂੰ ਲੱਗਦਾ ਕਿ ਭਾਜਪਾ ਨੂੰ ਕਿਤੇ ਨਾ ਕਿਤੇ ਹੋਰ ਜ਼ਿਆਦਾ ਮਿਹਨਤ ਦੀ ਲੋੜ ਹੈ, ਜਾਂ ਫਿਰ ਕੋਈ ਐਸਾ ਕੋਈ ਤੰਤਰ ਮੰਤਰ ਲੈ ਕੇ ਆਏ ਹੋ ਜਿਹਦੇ ਵਿੱਚ ਲੱਗਦਾ ਕਿ ਪਹਿਲੀ ਵਾਰ ਇੱਥੋਂ ਜਿਹੜੀ ਚੋਣ ਲੜੀ ਜਾ ਰਹੀ ਹੈ ਉਹ ਜਿੱਤ ਜਾਓ? ਗੱਲ ਹੈ, ਜਿਹੜੀਆਂ ਤੁਸੀਂ ਜਿੱਤਣ ਦੀ ਗੱਲ ਕੀਤੀ ਹੈ, 4 ਸੀਟਾਂ ਜਿੱਤੀਆਂ ਕਾਂਗਰਸ ਨੇ, 5 ਸੀਟਾਂ ਆਮ ਆਦਮੀ ਪਾਰਟੀ ਨੇ, ਉਹ ਇਤਿਹਾਸ ਹੈ। ਮੈਂ ਇਹੀ ਤਾਂ ਕਹਿੰਦਾ, ਸਾਲ ਪਹਿਲਾਂ ਜਿਹੜੇ ਚਾਵਾਂ ਮਨਾਰਾ ਨਾਲ ਲੋਕਾਂ ਨੇ ਜਿਤਾਇਆ, ਉਹ ਚਾਅ ਉਤਰ ਗਏ ਆ, ਠੀਕ ਹੈ ਨਾ। ਤਾਂ ਉਸ ਲਈ ਲੋਕ ਜਿਹੜੇ ਹੈਗੇ ਆ, ਜੋ ਭਾਰਤੀ ਜਨਤਾ ਪਾਰਟੀ ਵਿਕਲਪ ਦੇਖਦੀ ਪਈ ਹੈ। ਕਾਂਗਰਸ ਤਾਂ ਤੁਸੀਂ, ਜਿਹੜਾ ਨਰਿੰਦਰ ਮੋਦੀ ਦਾ ਸੁਪਨਾ ਸੀਗਾ ਕਾਂਗਰਸ ਮੁਕਤ ਭਾਰਤ, ਉਹ ਜਲੰਧਰ ਤੋਂ ਸ਼ੁਰੂ ਹੋ ਗਿਆ। ਤੁਸੀਂ ਦੇਖੋ ਕਿ ਵੀ ਕਾਂਗਰਸ ਆਲਮੋਸਟ ਕਾਉਂਸਲਰ ਹੋਵੇ, ਵਿਧਾਇਕ ਹੋਣ, ਪੂਰਵ ਵਿਧਾਇਕ ਸਭ ਛੱਡ ਕੇ ਜਾ ਚੁੱਕੇ ਦੇ ਆ, ਅਤੇ ਉਸ ਨਾਤੇ ਭਾਰਤੀ ਜਨਤਾ ਪਾਰਟੀ ਮਿਹਨਤ ਕਰਦੀ ਪਈ ਹੈ, ਮਿਹਨਤ ਦਾ ਫਲ ਮਿਲੇਗਾ। ਸਰ, ਆਮ ਆਦਮੀ ਪਾਰਟੀ ਆ ਹੁਣੇ ਹੁਣੇ ਤੁਹਾਡੇ ਗੁਆਂਢ ਜਿਹੜਾ ਹੈ, ਮੁੱਖ ਮੰਤਰੀ ਸਾਹਿਬ ਬੋਲ ਕੇ ਗਏ ਨੇ, ਕੇਜਰੀਵਾਲ ਸਾਹਿਬ ਬੋਲ ਕੇ ਗਏ ਨੇ, ਰੋਡ ਸ਼ੋਅ ਸੀਗਾ, ਔਰ ਉਹ ਇਸ ਗੱਲ ਦਾ ਦਾਅਵਾ ਕਰਦੇ ਆ ਕਿ ਜੇਕਰ ਤੁਸੀਂ ਕਾਂਗਰਸ ਨੂੰ ਵੋਟ ਪਾਓਗੇ ਤਾਂ ਕੀ ਨੁਕਸਾਨ ਹੈ, ਭਾਜਪਾ ਨੂੰ ਵੋਟ ਪਾਓਗੇ ਤਾਂ ਕੀ ਨੁਕਸਾਨ ਆ, ਆਪਣਾ ਫਾਇਦਾ ਜਿਹੜਾ ਦੱਸ ਦਿੰਦੇ ਉਹ ਮੈਂ ਤੁਹਾਨੂੰ ਦੱਸ ਦਿੰਦਾ। ਉਹ ਕਹਿੰਦੇ ਜੀ 11 ਮਹੀਨੇ ਆ,
11 ਮਹੀਨਿਆਂ ਦੇ ਵਿੱਚ ਜੇ ਤੁਸੀਂ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਤਾ ਦਿੰਦੇ ਹੋ ਤਾਂ ਇੱਥੇ ਜਲੰਧਰ ਦੇ ਵਿੱਚ ਬੜਾ ਵਿਕਾਸ ਹੋ ਜਾਣਾ। ਇੱਕ ਪਾਸੇ 5 ਕਰੋੜ ਰੁਪਈਆ ਜਿਹੜਾ ਐਮ ਪੀ ਲੈਂਡ ਫੰਡ ਦੇ ਵਿੱਚੋਂ ਆਉਂਦਾ ਉਹ ਹੈ ਅਤੇ ਐਕਸਟਰਾ ਪੈਸਾ ਜਿਹੜਾ ਪੰਜਾਬ ਸਰਕਾਰ ਨੇ ਦੇਣਾ, ਕਹਿੰਦੇ ਤੁਹਾਡਾ ਡਬਲ ਫਾਇਦਾ ਇੱਥੇ। ਗੱਲ ਇਹ ਹੈ ਕਿ ਇਹੀ ਤਾਂ ਗੱਲ ਮੈਂ ਕਹਿ ਰਿਹਾ ਕਿ ਸਾਲ ਦੇ ਵਿੱਚ ਕੀਤਾ ਕੀ ਪੰਜਾਬ 'ਚ ਜਿਹੜੇ ਵਾਅਦੇ ਕੀਤੇ ਜਿਹਦੇ ਲਈ ਕੇਜਰੀਵਾਲ ਗਰੰਟੀ ਗਿਆ, ਮਹਿਲਾਵਾਂ ਨੇ ਵੋਟ ਪਾਈ, ਉਹ 21,000 ਦੇ ਹੁਣ ਕਹਿੰਦੇ 14,000 ਹੋ ਗਿਆ ਦਾ। ਤਾਂ ਉਹਨਾਂ ਨੂੰ ਪੁੱਛੋ ਵੋਟ ਪਾਉਂਗੀਆਂ, ਸਿਰ ਲਾਉਂਦੀਆਂ ਪੂਰੀ ਤਰ੍ਹਾਂ ਕਿ ਝਾੜੂ ਫਿਰਨਾ ਝਾੜੂ ਵਾਲਿਆਂ 'ਤੇ, ਠੀਕ ਹੈ ਨਾ। ਅਤੇ ਅੱਜ ਜਿਹੜੇ ਕਹਿੰਦੇ ਝਾੜੂ ਫਿਰਨਾ, ਮੈਂ ਵੀ ਇਹੀ ਕਹਿੰਦਾ ਪਹਿਲਾਂ ਕਿ ਜਿਹੜੀਆਂ ਗੱਲਾਂ ਉਹ ਕਹਿੰਦੇ ਆ ਉਹ ਕਿਆ ਉੱਥੇ ਪੂਰੀਆਂ ਉਤਰੇ ਸਵਾ ਸਾਲ 'ਚ? ਜਿਹੜੀ ਤੁਸੀਂ ਹੁਣ ਕਹਿੰਦੇ ਹੋ ਕਿ 9 ਮਹੀਨੇ 'ਚ ਕਿ ਵੀ ਜਿਤਾ ਦੋਗੇ ਤੁਹਾਨੂੰ ਡਬਲ ਫਾਇਦਾ ਹੋਊਗਾ, ਤੇ ਜਿਹੜੀਆਂ ਤੁਸੀਂ ਆਪਣੀਆਂ ਕੋਈ ਗੱਲਾਂ ਤਾਂ ਦੱਸੋਗੇ ਕੀ ਕੀਤਾ ਕੀ ਆ? ਕਹਿੰਦੇ ਬਿਜਲੀ ਦੇ ਬਿੱਲ ਨਹੀਂ ਆ ਰਹੇ ਕਿਸੇ ਨੂੰ, ਮੁਹੱਲਾ ਕਲੀਨਿਕ ਖੋਲਤੇ, ਕੱਲ ਵੀ ਅਸੀਂ ਮੁਹੱਲਾ ਕਲੀਨਿਕ ਲੋਕਾਂ ਨੂੰ ਦਿੱਤੇ, ਕਈ ਚੀਜ਼ਾਂ ਦਿੱਤੀਆਂ, 29,000 ਨੌਕਰੀਆਂ ਦਿੱਤੀਆਂ। ਆ ਹੁਣੇ ਹੁਣੀ ਆ ਪੱਕੇ ਨੌਕਰੀਆਂ ਵਾਲੇ ਇੱਥੇ ਬਾਹਰ ਧਰਨਾ ਮਾਰ ਕੇ ਗਏ ਆ, ਕਮਿਊਨਿਸਟ ਪਾਰਟੀ ਵਾਲੇ ਇੱਥੋਂ ਨੰਗੇ ਜਲੂਸ ਕੱਢਿਆ, ਉਹ ਨਜ਼ਰ ਨਹੀਂ ਆਏ, ਠੀਕ ਹੈ। 29,000 ਤਾਂ ਕਾਗਜ਼ੀ ਪੱਤਰੀ ਹੈ ਨਾ, ਅਖਬਾਰਾਂ 'ਚ ਹੀ ਹੈਗਾ। ਸਵਾਲ ਤਾਂ ਇਸ ਗੱਲ ਦਾ, ਤੁਸੀਂ ਜਿਹੜਾ 1,000 ਰੁਪਏ ਦੀ ਗੱਲ ਅੱਜ ਜ਼ਿਕਰ ਨਹੀਂ ਕਰਦਾ, ਜਿਹਦੇ ਕਾਰਨ ਵੋਟਾਂ ਪਈਆਂ, ਠੀਕ ਹੈ ਨਾ। ਹੁਣ ਮੁਹੱਲਾ ਕਲੀਨਿਕ ਜਿਹੜਾ ਹੈਗਾ, ਕਹਿੰਦੇ ਨੱਕੋ ਪੂੰਜਿਆ ਗਲੀ ਲਾਇਆ, ਤੁਸੀਂ ਜਿਹੜੇ ਐਮਰਜੈਂਸੀ ਮੈਡੀਕਲ ਆਫਿਸਰ ਨੂੰ ਉੱਥੋਂ ਸ਼ਿਫਟ ਕਰਕੇ ਸਿਵਲ ਹਸਪਤਾਲਾਂ 'ਚੋਂ ਤੁਸੀਂ ਜਿਹੜਾ ਹੈਗਾ ਆਪਣੇ ਕਲੀਨਿਕ 'ਤੇ ਲੈ ਤਾ, ਮੁਹੱਲਾ ਕਲੀਨਿਕ 'ਤੇ ਲੈ ਤਾ, ਉਹ ਤਾਂ ਹੁੰਦਾ ਕਿ ਮੈਡੀਕਲ ਫੈਸਿਲਿਟੀ ਐਟ ਯੋਰ ਡੋਰ ਸਟੈਪ, ਇਹ ਕੋਨਸੈਪਟ ਹੈਗਾ। ਉਹ ਤਾਂ ਕੋਨਸੈਪਟ ਹੁੰਦਾ ਕਿ ਜੇ ਤੁਸੀਂ ਪਹਿਲਾਂ ਸਿਵਲ ਹਸਪਤਾਲ ਨੂੰ ਪੂਰੀ ਤਰ੍ਹਾਂ ਤੁਸੀਂ ਸਕਸ਼ਮ ਕਰੋ, ਫਿਰ ਹੁੰਦਾ ਕਿ ਤੁਹਾਨੂੰ ਹਸਪਤਾਲ ਆਉਣ ਦੀ ਲੋੜ ਨਹੀਂ, ਤੁਹਾਡੇ ਘਰ ਅੱਗੇ। ਲੇਕਿਨ ਜੇ ਤੁਸੀਂ ਉਹ ਸਮਾਂ ਜਿਹੜਾ ਹੁਣ ਡਿਸਪੈਂਸਰੀ ਵਾਲਾ ਸੀਗਾ ਖਤਮ ਹੋ ਗਿਆ ਕਿ ਲਾਲ ਦਵਾਈ ਨਾਲ ਸਾਰੀਆਂ ਮਰਜ਼ ਠੀਕ ਹੋ ਜਾਂਦੀਆਂ ਸੀਗੀਆਂ, ਅਤੇ ਹੁਣ ਡਿਸਪੈਂਸਰੀ ਸੁਪਰ ਸਪੈਸ਼ਲਿਟੀ ਦਾ ਜ਼ਮਾਨਾ ਹੈਗਾ। ਉੱਥੇ ਜਾ ਕੇ ਤੁਸੀਂ ਜੇ ਮੁਹੱਲਾ ਕਲੀਨਿਕ 'ਚ ਕੀ ਕਰੋਗੇ? ਜਿਹਨੂੰ ਹਾਰਟ ਟਰਬਲ ਹੋ ਗਈ, ਕਿਆ ਉਹਦੀ ਬਾਈਪਾਸ ਸਰਜਰੀ ਹੋਊਗੀ, ਕਿਆ ਉੱਥੇ ਹੋਊਗੀ? ਉੱਥੇ ਤਾਂ ਸਿਰਫ ਤੁਸੀਂ ਹਾਜ਼ਮੇ ਦੀ ਦਵਾਈ ਦੇ ਸਕਦੇ ਹੋ, ਉੱਥੇ ਤੁਸੀਂ ਬੁਖਾਰ ਦੀ ਦਵਾਈ ਦੇ ਸਕਦੇ ਹੋ। ਤਾਂ ਇਸ ਲਈ ਜਿਹੜਾ ਹੈਗਾ ਅੱਜ ਸੁਪਰ ਸਪੈਸ਼ਲਿਟੀ ਦਾ ਜ਼ਮਾਨਾ ਹੈਗਾ। ਅੱਜ ਲੋਕ DM ਕਰਦੇ ਆ, ਤਾਂ MD ਵੀ ਜਿਹੜੀ ਹੈਗਾ ਆਲਮੋਸਟ ਡਿਗਰੀ ਖਤਮ ਹੋ ਗਈ ਹੈ। ਤਾਂ ਉਸ ਨਾਤੇ ਮੁਹੱਲਾ ਕਲੀਨਿਕ ਦੇ ਜਿੰਨੇ ਚੰਦ ਚੜ੍ਹਾਏ ਹੋਏ ਪਤਾ ਸਾਨੂੰ ਸਾਰਿਆਂ ਨੂੰ, ਲੋਕ ਅੱਜ ਦੱਸਦੇ ਦੇਖਦੇ ਪਏ ਆ, ਅਤੇ ਸੂਰਜ ਜਦੋਂ ਚੜ੍ਹਦਾ ਨਾ ਦੱਸਣ ਦੀ ਲੋੜ ਨਹੀਂ ਹੁੰਦੀ, ਸੂਰਜ ਚੜ੍ਹ ਗਿਆ, ਅਤੇ ਜਿਹੜੀਆਂ ਗੱਲਾਂ ਦੱਸਦੇ ਪਏ ਆ ਸਾਰੀਆਂ ਝੂਠੀਆਂ। ਸਰ, ਕਿਉਂਕਿ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਆ ਔਰ ਇੱਥੇ ਜੇਕਰ ਭਾਜਪਾ ਦਾ ਕੈਂਡੀਡੇਟ ਜਿੱਤ ਪ੍ਰਾਪਤ ਕਰਦਾ ਤਾਂ ਜਲੰਧਰ ਦੇ ਲੋਕਾਂ ਨੂੰ ਉਹਦੇ ਕੀ ਕਿੰਨੇ ਬੈਨੀਫਿਟ ਮਿਲ ਸਕਦੇ ਆ? ਕੀ ਤੁਸੀਂ ਸਮਝਾ ਸਕਦੇ ਹੋ ਕਿ ਕੇਂਦਰ ਵਿੱਚ ਸਰਕਾਰ ਹੋਣ ਦੇ ਕਾਰਨ ਜਲੰਧਰ ਦੇ ਲੋਕਾਂ ਨੂੰ ਕੀ ਫਾਇਦਾ ਮਿਲ ਸਕਦਾ? ਗੱਲ ਇਹ ਹੁੰਦੀ ਹੈ, ਮੈਂ ਪਹਿਲਾਂ ਤੁਹਾਨੂੰ ਕਿਹਾ ਕਿ ਕਿਹੜੀ ਵਧੀਆ ਸਰਕਾਰ ਕੰਮ ਕਰ ਰਹੀ ਹੈ, ਹੁਣ ਵਧੀਆ ਤਾਂ ਮੈਂ ਦੱਸ ਦਿੰਦਾ। ਸਰਕਾਰ ਦਾ ਵਿਅਕਤੀ ਦਾ ਟੈਸਟ ਹੁੰਦਾ ਕ੍ਰਾਈਸਿਸ 'ਚ। ਜਦੋਂ ਕੋਵਿਡ ਹੋਇਆ, ਲੋਕਡਾਊਨ ਹੋਇਆ, ਮੁਫਤ ਟੀਕੇ ਦਿੱਤੇ, ਜਾਨਾਂ ਬਚਾਈਆਂ, ਠੀਕ ਹੈ ਨਾ। ਇਹ ਇੱਦਾਂ ਦਾ ਕੰਮ ਅਮਰੀਕਾ 'ਚ ਨਹੀਂ ਹੋਇਆ ਜਿਹੜਾ ਮੋਦੀ ਸਾਹਿਬ ਨੇ ਕੀਤਾ। ਫਿਰ ਤੁਸੀਂ ਇਹ ਦੇਖੋ ਕਿ ਵੀ 80 ਕਰੋੜ ਲੋਕਾਂ ਨੂੰ ਮੁਫਤ ਕਣਕ ਦਿੱਤੀ, ਕਿਉਂਕਿ ਘਰ 'ਚ ਬੈਠੇ ਹੋਏ ਆ, ਦਿੱਕਤ ਸੀਗੀ, ਤਾਂ ਨੋਟਾਂ ਨਾਲ ਰੋਟੀ ਤਾਂ ਖਾਣੀ, ਜਿਹਦੇ ਕੋਲ ਪੈਸੇ ਵੀ ਹੋਣ ਤਾਂ ਵੀ ਕਣਕ ਤਾਂ ਉਹਨੂੰ ਚਾਹੀਦੀ ਹੈ ਨਾ, ਉਹ ਮੁਫਤ ਪ੍ਰੋਵਾਈਡ ਕੀਤੀ ਹੈ। ਸੋ ਇੱਥੇ ਹੀ ਬਸ ਨਹੀਂ ਹੈਗਾ, ਹੁਣ ਤੁਸੀਂ ਕਿੰਨਾ ਕਿਸਾਨਾਂ ਦਾ ਜਿਹੜਾ ਹੈਗਾ ਸਨਮਾਨ ਨਿਧੀ ਹੈਗੀ ਹੈ, ਤੁਸੀਂ ਜਿੰਨੇ ਕੁ ਕੰਮ ਕੀਤੀ, ਐਡੀ ਵੱਡੀ ਲਿਸਟ ਹੈਗੀ ਹੈ, ਫਿਰ 370 ਤਾਰਾ ਖਤਮ ਕੀਤੀ ਹੈਗੀ ਹੈ। ਮੈਂ ਕਹਿੰਦਾ ਕਿ ਅਸੀਂ ਤਾਰੀਫ ਕਰੀਏ, ਗੱਲ ਹੋਰ ਹੈ ਜੇ ਦੁਸ਼ਮਣ ਦੇਸ਼ ਤਾਰੀਫ ਕਰੇ। ਅੱਜ ਤੁਸੀਂ ਪਾਕਿਸਤਾਨੀ ਨੂੰ ਪੁੱਛੋ, ਕਹਿੰਦੇ ਕਿੱਦਾਂ ਦਾ ਪ੍ਰਧਾਨ ਮੰਤਰੀ ਜਿਹਦੇ ਪਾਕਿਸਤਾਨ 'ਚ, ਉਹ ਕਹਿੰਦਾ ਮੋਦੀ ਵਰਗਾ ਚਾਹੀਦਾ, ਉੱਥੇ ਦੇ ਲੋਕ ਕਹਿੰਦੇ ਆ। ਅਤੇ ਜੇ ਦੁਸ਼ਮਣ ਦੇਸ਼ ਤਾਰੀਫ ਕਰੇ ਤਾਂ ਫਿਰ ਤਾਂ ਕੋਈ ਗੱਲ ਹੈਗੀ ਹੈ ਨਾ। ਅਤੇ ਲੋਕਾਂ ਨੂੰ ਪਤਾ ਕਿ ਵੀ ਮੋਦੀ ਸਾਹਿਬ ਨੂੰ ਵੋਟ ਪਾਣੀ ਹੈ, ਇਹ 9 ਮਹੀਨੇ ਦੇ ਕੇ ਉਹਨੂੰ ਥਾਪੜਾ ਮਾਰਨਾ ਕਿ ਵੀ ਉਹਦੇ ਪਿੱਠ ਦੇ ਉੱਤੇ, ਕਿਉਂਕਿ 2024 'ਚ ਫਿਰ ਤੀਸਰੀ ਵਾਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਡੇ ਨਾਲ BJP ਤੋਂ ਮਨੋਰੰਜਨ ਕਾਲੀਆ ਜੀ, ਔਰ ਸਿੱਧੇ ਤੌਰ 'ਤੇ ਉਹ ਦਾਅਵਾ ਕਰਦੇ ਆ ਕਿ ਜੇਕਰ ਜਲੰਧਰ ਦੇ ਵਿੱਚ ਉਹਨਾਂ ਦੀ ਪਾਰਟੀ ਦਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਜਿੱਤਦੇ ਆ ਤਾਂ ਜਲੰਧਰ ਦੇ ਲੋਕਾਂ ਨੂੰ ਕੀ ਫਾਇਦਾ ਹੋਏਗਾ? ਆਪਣੇ ਸਹਿਯੋਗੀ ਗੁਰਸਿਮਰ ਸਿੰਘ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ ਜਲੰਧਰ।